ਕਿਸਾਨ ਦੋਸਤੋ ਕਾਫੀ ਕਿਸਾਨਾਂ ਵਿੱਚ ਗੱਲ ਸੁਣਨ ਵਿੱਚ ਆਈ ਹੈ ਕਿ HD3086 DBW222 ਤੇ ਇੱਕ ਦੋ ਕਿਸਮਾਂ ਹੋਰ ਹਨ ਜਿਨ੍ਹਾਂ ਤੇ ਜਿਵੇਂ ਕਿ ਤੁਸੀਂ ਇਹ ਭੂਰੇ ਤਾਂ ਜਾਮਨੀ ਰੰਗ ਦੇ ਜਾਮਨੀ ਰੰਗ ਦੀਆਂ ਤੁਸੀਂ ਦੇਖ ਸਕਦੇ ਹੋ ਛਿੱਟੇ ਜਿਵੇਂ ਹੋਏ ਨੇ ਬੱਲੀਆਂ ਦੇ ਛਿੱਟੇ ਦਾਣੇ ਜਿਹੜੇ ਭੂਰੇ ਜਾਂ ਜਾਮਨੀ ਰੰਗ ਦੇ ਹੋ ਰਹੇ ਹਨ ਇਹ ਕਿਸਾਨ ਭਰਾਵੋ ਜੇਕਰ ਆਪਾਂ ਵਿਦੇਸ਼ਾਂ ਤੋਂ ਬਾਲੀਆਂ ਕੰਟਰੀਆਂ ਦੇ ਐਗਰੀਕਲਚਰ ਦਾ ਡਾਟਾ ਇਕੱਠਾ ਕਰੀਏ ਤਾਂ ਉਹਨਾਂ ਮੁਤਾਬਕ ਇਹ ਇੱਕ ਬਿਮਾਰੀ ਹੁੰਦੀ ਹੈ ਜੋ ਕਿ ਜਿਸ ਦੀ ਆਪਾਂ ਰੋਕਥਾਮ ਨਸਾਰੇ ਦੇ ਟਾਈਮ ਕਰ ਸਕਦੇ ਆ ਸੋ ਕਿਸਾਨ ਪ੍ਰਭੂ ਦੂਸਰੇ ਪਾਸੇ ਜੇਕਰ ਆਪਾਂ ਆਪਣੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਇੱਕ ਮਾਹਰ ਦੁਆਰਾ ਦਰਸਾਇਆ ਗਿਆ ਹੈ ਕਿ ਇਹੋ ਜਿਹੀ ਸਿਚੁਏਸ਼ਨ ਟੈਂਪਰੇਚਰ ਦੇ ਖਰਾਬ ਹੋਣ ਕਰਕੇ ਆਉਂਦੀ ਹੈ ਜਾਂ ਮੌਸਮ ਦੇ ਖਰਾਬ ਹੋਣ ਕਰਕੇ ਜਿਵੇਂ ਗਰਮੀ ਵੱਧ ਪੈ ਰਹੀ ਹੈ ਗਰਮੀ ਦੇ ਵੱਧ ਪੈਣ ਕਰਕੇ ਇਹ ਆਇਆ ਕੋਈ ਬਿਮਾਰੀ ਨਹੀਂ ਆ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਸੋ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਇਹੋ ਜਿਹੀ ਕੰਡੀਸ਼ਨ ਦੇਖ ਕੇ ਤੁਸੀਂ ਇਵੇਂ ਅਰਾਧਾ ਨਾ ਲਗਾਓ ਕੇ ਕਣਕ ਤੇ ਕੋਈ ਬਿਮਾਰੀ ਦਾ ਅਟੈਕ ਉੱਲੀ ਦਾ ਅਟੈਕ ਹੋ ਗਿਆ ਹੈ ਇਹ ਕੋਈ ਉੱਲੀ ਨਹੀਂ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਜੋ ਕਿ ਦਰਸਾਇਆ ਗਿਆ ਹੈ ਕੋਈ ਉੱਲੀ ਨਹੀਂ ਆ ਇਹ ਵੱਧ ਰਹੀ ਗਰਮੀ ਜਾਂ ਟੈਂਪਰੇਚਰ ਕਰਕੇ ਇਹੋ ਜਿਹੇ ਛਿੱਟੇ ਹੋ ਰਹੇ ਨੇ ਜੋ ਭੂਰੇ ਜਾਂ ਜਾਮਣੀ ਆ ਪਰ ਜੇਕਰ ਤੁਸੀਂ ਬਾਹਰਲੀਆਂ ਕੰਟਰੀਆਂ ਦੀ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਜੋ ਕਿ ਉਹ ਬੁੱਕ ਪਬਲਿਸ਼ ਕੀਤੀ ਜਾਂਦੀ ਉਹਦਾ ਡਾਟਾ ਇਕੱਠਾ ਕੀਤਾ ਜਾਵੇ ਤਾਂ ਉਹ ਇਸ ਨੂੰ ਇੱਕ ਉੱਲੀ ਕਹਿੰਦੇ ਨੇ ਉੱਲੀ ਉੱਲੀ ਕਿਹਾ ਗਿਆ ਹੈ ਉਹਨਾਂ ਦੀ ਕਿਤਾਬ ਵਿੱਚ ਵਟ ਉਹ ਵੀ ਕਹਿੰਦੇ ਨੇ ਕਿ ਇਹ ਜੇ ਇਸ ਦਾ ਕੰਟਰੋਲ ਕਰਨਾ ਆ ਤਾਂ ਸਾਰੇ ਟਾਈਮ ਤੁਸੀਂ ਸਪਰੇਅ ਕਰ ਸਕਦੇ ਹੋ ਤੇ ਇਸ ਟਾਈਮ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਸੋ ਮੇਰੀ ਇਸ ਵੀਡੀਓ ਵਿੱਚ ਇਹੀ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਕਿ ਜਿਵੇਂ ਜੇਕਰ ਤੁਹਾਡੇ 30 86 HD 30 86 222 DBW ਜਾਂ ਕੋਈ ਹੋਰ ਵੈਰਾਈਆਂ ਦੇ ਇਮੇਜੇ ਤੱਬੇ ਮਿਲਦੇ ਹਨ ਭੂਰੇ ਜਾਂ ਜਾਮਣੀ ਘਰੌਣ ਵਾਲੀ ਕੋਈ ਗੱਲ ਨਹੀਂ ਕਿ ਮੌਸਮ ਟੈਂਪਰੇਚਰ ਗਰਮੀ ਜਾਦਾ ਪੈਣ ਕਰਕੇ ਇਸ ਟਾਈਮ ਇਹੋ ਜਿਹੀ ਸਿਚੁਏਸ਼ਨ ਆਈ ਆ ਸੋ ਇਹ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੀ ਜੂ ਵੱਲੋਂ ਦਰਸਾਇਆ ਗਿਆ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਫਜ਼ੂਲ ਚ ਸਪਰੇਅ ਨਾ ਕੀਤੀ ਜਾਵੇ ਸੋ ਮੇਰਾ YouTube ਚੈਨਲ ਲੇਟੈਸਟ ਐਗਰੀਕਲਚਰਲ ਇਨਫੋ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਧੰਨਵਾਦ